ਸੋ ਹੈ ਗਾਈਜ਼, ਕੀ ਹਾਲ ਚਾਲ? ਸੋ ਤੁਸੀਂ ਸਾਰੇ ਵਧੀਆ ਹੋਵੋਗੇ। ਅਮਰਿੰਦਰ ਗਿੱਲ ਲਾਈਵ, ਗੁਰ ਸ਼ਬਦ ਹੋਰਾਂ ਨੇ ਥੋੜ੍ਹਾ ਟਾਈਮ ਪਹਿਲਾਂ ਪਾਈ ਸੀ ਇਹ ਵੀਡੀਓ, ਅਤੇ ਆ ਜਾਓ ਚੈੱਕ ਕਰਦੇ ਹਾਂ। ਛੋਟੀ ਜਿਹੀ ਵੀਡੀਓ ਹੈ, ਜ਼ਿਆਦਾ ਵੱਡੀ ਨਹੀਂ। ਇਸ ਤੋਂ ਬਾਅਦ ਇੱਕ ਵੀਡੀਓ ਤੁਹਾਨੂੰ ਹੋਰ ਦਿਖਾਵਾਂਗੇ ਇਕੱਠੀਆਂ, ਹੋ ਕਈਆਂ ਦੇਖੀਆਂ ਹੋਣਗੀਆਂ, ਕਈਆਂ ਨੇ ਨਹੀਂ ਦੇਖੀਆਂ ਹੋਣਗੀਆਂ। ਆ ਜਾਓ ਚੈੱਕ ਕਰਦੇ ਹਾਂ। ਮਤਲਬ ਆਹ ਮਾਹੌਲ ਹੁੰਦਾ ਸਾਡੇ ਉੱਥੇ, ਬਸ ਢੋਲਕੀ ਨਹੀਂ ਹੁੰਦੀ, ਬਾਕੀ ਇਹੀ ਮਾਹੌਲ ਹੁੰਦਾ ਪੂਰਾ। ਆਏ ਹਾਏ ਹਾਏ ਹਾਏ, ਆਏ ਹਾਏ ਹਾਏ, ਯਾਰ ਕਿਉਂ ਗਾਣੇ ਨਹੀਂ ਕੱਢ ਰਹੇ? ਕਿਉਂ ਐਲਬਮ ਲਾਈਕ ਸਟਿਲ ਵੇਟਿੰਗ? ਕਿਉਂ ਯਾਰ ਫਿਲਮ ਵੀ ਕੋਈ ਨਹੀਂ ਆ ਰਹੀ? ਸ਼ਿਟ ਯਾਰ, ਕੀ ਕਰ ਰਹੇ ਹੋ ਅਮਰਿੰਦਰ ਗਿੱਲ ਸਾਹਿਬ? ਗਿੱਲ ਸਾਹਿਬ ਕਰੋ ਕੁਛ। ਸੋਹਣਾ ਕੋਈ ਵੀ ਵੇਖਿਆ ਨਾ, ਰਿਹਰਸਲ ਕਰ ਰਹੇ ਸੀਗੇ। ਇਸ ਤੋਂ ਇਲਾਵਾ ਇੱਕ ਆਹ ਮੂਵਮੈਂਟ ਹੈਗੀ ਆ, ਇਹ ਮੈਨੂੰ ਲੱਗਦਾ ਵਾਹਵਾ ਪੁਰਾਣੀ ਹੈ ਇਹ ਵੀ। ਇਹ ਹਾਂ, ਇਹ 5 ਸਾਲ ਪੁਰਾਣੀ ਮੂਵਮੈਂਟ ਆ, ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ। ਯਾਰ ਮਤਲਬ ਗਿੱਲ ਸਾਹਿਬ ਦਾ ਨਾ ਥੋੜ੍ਹਾ ਸਿਸਟਮ ਇੱਦਾਂ ਦਾ, ਮੈਨੂੰ ਲੱਗਦਾ ਉਹ ਬੰਦਾ ਨਾ ਹੈ ਬੜਾ ਕਲੂਲੀ ਬੰਦਾ। ਦੇਖੋ ਠੀਕ ਹੈ, ਹਰ ਬੰਦਾ ਕਲੂਲੀ ਹੁੰਦਾ ਕਿਤੇ ਨਾ ਕਿਤੇ, ਪੂਰਾ ਫੰਕਸ਼ਨ ਕਰਦੇ ਆ, ਬਟ ਆਪਣੇ ਆਪ 'ਚ ਰਹਿੰਦੇ ਆ, ਇਹ ਚੀਜ਼ ਹੈਗੀ ਹੈ। ਚੰਬਾ ਕਿਤਨੀ ਆ ਪਿੱਛੇ ਅੰਬੇਰਦੀਪ ਸਿੰਘ, ਹਾਂਜੀ ਹਾਂਜੀ ਹਾਂਜੀ। ਸ਼ਿਮਲੇ ਦੇ ਰਾਹੀਂ ਚੰਬਾ ਕਿਤਨੀ ਸ਼ਿਮਲੇ ਨੀ ਵਸਣਾ, ਕਸੌਲੀ ਨੀ ਵਸਣਾ, ਸ਼ਿਮਲੇ ਨੀ ਵਸਣਾ, ਕਸੌਲੀ ਨੀ ਵਸਣਾ, ਚੰਬੇ ਜਾਣਾ ਜ਼ਰੂਰ ਹੈ। ਆਏ ਹਾਏ ਹਾਏ ਹਾਏ, ਚੰਬੇ ਜਾਣਾ ਜ਼ਰੂਰ, ਮਾਏ ਨੀ ਮੇਰੀਏ ਸ਼ਿਮਲੇ ਦੇ ਰਾਹੀਂ ਚੰਬਾ ਕਿਤਨੀ ਦੂਰ, ਵਾਹ 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 ਵਾਹ, ਚੰਬਾ ਕਿਤਨੀ ਦੂਰ। ਮਤਲਬ ਮੈਂ ਸ਼ਿਮਲੇ ਦੇ ਰਾਹ 'ਤੇ ਹਾਂ, ਪਰ ਚੰਬਾ ਕਿਤਨੀ ਕੁ ਦੂਰ। ਓਏ ਹੋਏ 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 ਯਾਰ, ਮਤਲਬ ਕਿੰਨੀ ਵਧੀਆ ਇੱਕ ਮੂਵਮੈਂਟ ਆ ਨਾ, ਕਿੰਨੇ ਵਧੀਆ ਇਹ ਮਾਹੌਲ ਹੁੰਦੇ ਆ ਜਦੋਂ ਯਾਰਾਂ ਨਾਲ ਬੰਦਾ ਘੁੰਮ ਫਿਰ ਰਿਹਾ, ਗਾ ਰਿਹਾ, ਹੈ ਨਾ ਸਾਰਾ ਕੁਛ। ਉਹ ਚੀਜ਼ਾਂ ਬੜੀਆਂ ਅੰਦਰ ਤੱਕ ਜਾਂਦੀਆਂ ਨੇ, ਇਹੀ ਮੈਮਰੀਜ਼ ਹੁੰਦੀਆਂ, ਇਹੀ ਉਹ ਹੁੰਦੀਆਂ ਨੇ ਲਾਈਕ ਮੂਵਮੈਂਟਸ ਜਿਹੜੀਆਂ ਬੰਦਾ ਜ਼ਿੰਦਗੀ ਭਰ ਯਾਦ ਰੱਖਦਾ, ਇੱਦਾਂ ਦੀ ਚੀਜ਼ਾਂ ਜਿਹੜੀਆਂ ਯਾਰਾਂ ਨਾਲ ਕੀਤੀਆਂ ਹੁੰਦੀਆਂ। ਬਸ ਹੋਰ ਕੁਝ ਨਹੀਂ ਹੁੰਦਾ ਹੈਗਾ ਜ਼ਿੰਦਗੀ ਭਰ ਲਈ। ਅਜੇ ਬੜਾ ਕੁਛ ਜੀਣਾ ਅਜੇ ਹੋਰ। ਚੱਲ ਅਸੀਂ ਤਾਂ ਛੋਟੇ ਹਾਂ ਅਜੇ, ਕਈ ਸਾਡੇ ਨੂੰ ਵੇਖਣ ਵਾਲੇ ਵੱਡੇ ਹੋਣਗੇ ਸਾਡੇ ਤੋਂ, ਕਈ ਸਾਡੇ ਤੋਂ ਵੀ ਛੋਟੇ ਹੋਣਗੇ, ਉਹਨਾਂ ਦਾ ਸਾਰਾ ਕੁਝ ਹੀ ਪਿਆ ਅਜੇ ਵੇਖਣ ਵਾਲਾ। ਐਵੇਂ ਟੈਨਸ਼ਨਾਂ 'ਚ ਨਾ ਰਹੋ, ਇਸ਼ਕ ਮੁਹੱਬਤ ਦੀਆਂ ਟੈਨਸ਼ਨਾਂ 'ਚ ਪਓ, ਅਜੇ ਤੁਹਾਨੂੰ ਇਸ਼ਕ ਮੁਹੱਬਤ ਕਰਨਾ ਨਹੀਂ ਆਉਂਦਾ, ਅਜੇ ਟਾਈਮ ਲੱਗੂਗਾ। ਜੇ
ਉਹੀ ਗੱਲ ਹੈ ਨਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਤਾਂ ਕੀ ਮੁਹੱਬਤ ਕੀਤੀ, ਹੈ ਨਾ। ਬਸ ਸਤਿ ਸ਼੍ਰੀ ਅਕਾਲ।